ਤਾਂ ਸੂਬਾ ਸਰਕਾਰ ਨੇ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੀ ਸੁਰੱਖਿਆ ਘਟਾਈ ਤਾਂ ਕੇਂਦਰ ਨੇ ਵਾਈ ਪਲੱਸ ਸਿਕਿਉਰਿਟੀ ਦਿੱਤੀ ਹੈ। ਸੁਸ਼ੀਲ ਰਿੰਕੂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਫੋਟੋ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਕਿ ਅਮਿਤ ਸ਼ਾਹ ਯਾਨੀ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੋਨਾਂ ਨੂੰ ਵਾਈ ਪਲੱਸ ਸਿਕਿਉਰਿਟੀ ਦੇ ਦਿੱਤੀ ਗਈ ਹੈ। ਹਾਲ ਹੀ ਦੇ ਵਿੱਚ ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ, ਜਿਸ ਕਰਕੇ ਉਹਨਾਂ ਦੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦਾ ਕੱਸ ਕੇ ਵਿਰੋਧ ਕੀਤਾ ਗਿਆ। ਪੋਸਟਰ ਪਾੜੇ ਗਏ, ਪੁਤਲੇ ਸਾੜੇ ਗਏ ਅਤੇ ਦੂਜੇ ਪਾਸੇ ਬੀਜੇਪੀ ਦੇ ਵੱਲੋਂ ਜਸ਼ਨ ਵੀ ਮਨਾਇਆ ਗਿਆ ਅਤੇ ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਰਿੰਕੂ ਦੋਨਾਂ ਦੇ ਕੋਲੋਂ ਜਿਹੜੀ ਸੁਰੱਖਿਆ ਸੀ ਉਹ ਘਟਾ ਦਿੱਤੀ ਸੀ, ਜਿਹੜੀ ਸੂਬਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਮਿਲੀ ਹੋਈ ਸੀ, ਕਿਉਂਕਿ ਸੁਸ਼ੀਲ ਰਿੰਕੂ ਮੌਜੂਦਾ MP ਨੇ ਅਤੇ ਸ਼ੀਤਲ ਅੰਗੁਰਾਲ ਮੌਜੂਦਾ MLA ਨੇ। ਦੋਨਾਂ ਨੂੰ ਜਿਹੜੀ ਸਿਕਿਉਰਿਟੀ ਮਿਲੀ ਸੀ ਉਹ ਸੂਬਾ ਸਰਕਾਰ ਨੇ ਘਟਾਤੀ। ਫਿਰ ਬੀਤੇ ਦਿਨਾਂ ਦੇ ਵਿੱਚ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ, ਜਿਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਉਹਨਾਂ ਨੂੰ ਵਾਈ ਪਲੱਸ ਸਿਕਿਉਰਿਟੀ ਦੇ ਦਿੱਤੀ ਗਈ ਹੈ। ਵਾਈ ਪਲੱਸ ਸਿਕਿਉਰਿਟੀ ਦੇ ਵਿੱਚ ਉਹਨਾਂ ਨੂੰ 11 ਕਮਾਂਡੋ ਮਿਲਣਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਵਾਈ ਪਲੱਸ ਸਿਕਿਉਰਿਟੀ ਦੇ ਵਿੱਚ 11 ਪਰਸਨਲ ਮਿਲਦੇ ਨੇ, ਜਿਨ੍ਹਾਂ ਦੇ ਵਿੱਚੋਂ 2 ਤੋਂ 4 CRPF ਦੇ ਜਵਾਨ ਹੁੰਦੇ ਨੇ ਅਤੇ ਬਾਕੀ ਕਮਾਂਡੋ ਹੁੰਦੇ ਨੇ। ਤਾਂ ਦੱਸ ਦਈਏ ਕਿ Z ਸਿਕਿਉਰਿਟੀ ਹੁੰਦੀ ਹੈ, 3 ਲੈਵਲ ਦੀ ਸਿਕਿਉਰਿਟੀ ਹੁੰਦੀ ਹੈ, ਇੱਕ ਵਾਈ ਪਲੱਸ, ਇੱਕ Z ਅਤੇ ਇੱਕ Z+। Z ਸਿਕਿਉਰਿਟੀ ਦੇ ਵਿੱਚ ਤੁਹਾਨੂੰ 22 ਕਮਾਂਡੋ ਮਿਲਦੇ ਨੇ, ਜਿਨ੍ਹਾਂ ਦੇ ਕੋਲ ਹਥਿਆਰਬੰਦ ਕਮਾਂਡੋ ਹੁੰਦੇ ਨੇ ਤੁਹਾਡੀ ਸੁਰੱਖਿਆ ਦੇ ਵਿੱਚ। ਅਤੇ ਸਭ ਤੋਂ ਹਾਈ ਲੈਵਲ ਦੀ ਜਿਹੜੀ ਤੁਸੀਂ ਸਿਕਿਉਰਿਟੀ ਸੁਰੱਖਿਆ ਕਹਿ ਸਕਦੇ ਹੋ ਉਹ Z+ ਸਿਕਿਉਰਿਟੀ ਹੁੰਦੀ ਹੈ। ਉਸ ਦੇ ਵਿੱਚ ਤੁਹਾਨੂੰ 55 CRPF ਕਮਾਂਡੋਜ਼ ਦੇ ਨਾਲ ਹਥਿਆਰਬੰਦ ਸੁਰੱਖਿਆ ਕਰਮੀ ਮਿਲਦੇ ਨੇ। ਤਾਂ ਸੁਸ਼ੀਲ ਰਿੰਕੂ ਨੂੰ ਵਾਈ ਪਲੱਸ ਸਿਕਿਉਰਿਟੀ ਮਿਲੀ ਹੈ। ਹਾਲ ਹੀ ਦੇ ਵਿੱਚ ਭਾਜਪਾ 'ਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਛੱਡ ਕੇ, ਉਸ ਤੋਂ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੀ, ਆਮ ਆਦਮੀ ਪਾਰਟੀ ਛੱਡ ਕੇ ਹੁਣ ਭਾਜਪਾ 'ਚ ਸ਼ਾਮਲ ਹੋ ਗਏ। ਅਤੇ ਗੱਲ ਕਰੀਏ ਸ਼ੀਤਲ ਅੰਗੁਰਾਲ ਦੀ, ਉਹ ਭਾਜਪਾ ਛੱਡ ਕੇ ਪਹਿਲਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ, ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਮੁੜ ਤੋਂ ਘਰ ਵਾਪਸੀ ਕਰਦੇ ਹੋਏ ਭਾਜਪਾ ਦਾ ਭੱਲਾ ਫੜ ਲਿਆ, ਜਿਸ ਤੋਂ ਬਾਅਦ ਦੋਹਾਂ ਦੀ ਸੁਰੱਖਿਆ ਘਟਾ ਦਿੱਤੀ ਗਈ ਅਤੇ ਹੁਣ ਕੇਂਦਰ ਦੇ ਵੱਲੋਂ ਦੋਹਾਂ ਨੂੰ ਸੁਰੱਖਿਆ ਦੇ ਦਿੱਤੀ ਗਈ ਹੈ। ਤਾਂ ਸੂਬਾ ਸਰਕਾਰ ਨੇ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੀ ਸੁਰੱਖਿਆ ਘਟਾਈ ਤਾਂ ਕੇਂਦਰ ਨੇ ਵਾਈ ਪਲੱਸ ਸਿਕਿਉਰਿਟੀ ਦਿੱਤੀ ਹੈ। ਸੁਸ਼ੀਲ ਰਿੰਕੂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਫੋਟੋ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਕਿ ਅਮਿਤ ਸ਼ਾਹ ਯਾਨੀ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੋਨਾਂ ਨੂੰ ਵਾਈ ਪਲੱਸ ਸਿਕਿਉਰਿਟੀ ਦੇ ਦਿੱਤੀ ਗਈ ਹੈ। ਹਾਲ ਹੀ ਦੇ ਵਿੱਚ ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ, ਜਿਸ ਕਰਕੇ ਉਹਨਾਂ ਦੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦਾ ਕੱਸ ਕੇ ਵਿਰੋਧ ਕੀਤਾ ਗਿਆ। ਪੋਸਟਰ ਪਾੜੇ ਗਏ, ਪੁਤਲੇ ਸਾੜੇ ਗਏ ਅਤੇ ਦੂਜੇ ਪਾਸੇ ਬੀਜੇਪੀ ਦੇ ਵੱਲੋਂ ਜਸ਼ਨ ਵੀ ਮਨਾਇਆ ਗਿਆ ਅਤੇ ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਰਿੰਕੂ ਦੋਨਾਂ ਦੇ ਕੋਲੋਂ ਜਿਹੜੀ ਸੁਰੱਖਿਆ ਸੀ ਉਹ ਘਟਾ ਦਿੱਤੀ ਸੀ, ਜਿਹੜੀ ਸੂਬਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਮਿਲੀ ਹੋਈ ਸੀ, ਕਿਉਂਕਿ ਸੁਸ਼ੀਲ ਰਿੰਕੂ ਮੌਜੂਦਾ MP ਨੇ ਅਤੇ ਸ਼ੀਤਲ ਅੰਗੁਰਾਲ ਮੌਜੂਦਾ MLA ਨੇ। ਦੋਨਾਂ ਨੂੰ ਜਿਹੜੀ ਸਿਕਿਉਰਿਟੀ ਮਿਲੀ ਸੀ ਉਹ ਸੂਬਾ ਸਰਕਾਰ ਨੇ ਘਟਾਤੀ। ਫਿਰ ਬੀਤੇ ਦਿਨਾਂ ਦੇ ਵਿੱਚ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ, ਜਿਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਉਹਨਾਂ ਨੂੰ ਵਾਈ ਪਲੱਸ ਸਿਕਿਉਰਿਟੀ ਦੇ ਦਿੱਤੀ ਗਈ ਹੈ।
ਵਾਈ ਪਲੱਸ ਸਿਕਿਉਰਿਟੀ ਦੇ ਵਿੱਚ ਉਹਨਾਂ ਨੂੰ 11 ਕਮਾਂਡੋ ਮਿਲਣਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਵਾਈ ਪਲੱਸ ਸਿਕਿਉਰਿਟੀ ਦੇ ਵਿੱਚ 11 ਪਰਸਨਲ ਮਿਲਦੇ ਨੇ, ਜਿਨ੍ਹਾਂ ਦੇ ਵਿੱਚੋਂ 2 ਤੋਂ 4 CRPF ਦੇ ਜਵਾਨ ਹੁੰਦੇ ਨੇ ਅਤੇ ਬਾਕੀ ਕਮਾਂਡੋ ਹੁੰਦੇ ਨੇ। ਤਾਂ ਦੱਸ ਦਈਏ ਕਿ ਜ਼ੈਡ ਸਿਕਿਉਰਿਟੀ ਹੁੰਦੀ ਹੈ, 3 ਲੈਵਲ ਦੀ ਸਿਕਿਉਰਿਟੀ ਹੁੰਦੀ ਹੈ, ਇੱਕ ਵਾਈ ਪਲੱਸ, ਇੱਕ ਜ਼ੈਡ ਅਤੇ ਇੱਕ ਜ਼ੈਡ ਪਲੱਸ। ਜ਼ੈਡ ਸਿਕਿਉਰਿਟੀ ਦੇ ਵਿੱਚ ਤੁਹਾਨੂੰ 22 ਕਮਾਂਡੋ ਮਿਲਦੇ ਨੇ, ਜਿਨ੍ਹਾਂ ਦੇ ਕੋਲ ਹਥਿਆਰਬੰਦ ਕਮਾਂਡੋ ਹੁੰਦੇ ਨੇ ਤੁਹਾਡੀ ਸੁਰੱਖਿਆ ਦੇ ਵਿੱਚ। ਅਤੇ ਸਭ ਤੋਂ ਹਾਈ ਲੈਵਲ ਦੀ ਜਿਹੜੀ ਤੁਸੀਂ ਸਿਕਿਉਰਿਟੀ ਸੁਰੱਖਿਆ ਕਹਿ ਸਕਦੇ ਹੋ ਉਹ ਜ਼ੈਡ ਪਲੱਸ ਸਿਕਿਉਰਿਟੀ ਹੁੰਦੀ ਹੈ। ਉਸ ਦੇ ਵਿੱਚ ਤੁਹਾਨੂੰ 55 CRPF ਕਮਾਂਡੋਜ਼ ਦੇ ਨਾਲ ਹਥਿਆਰਬੰਦ ਸੁਰੱਖਿਆ ਕਰਮੀ ਮਿਲਦੇ ਨੇ। ਤਾਂ ਸੁਸ਼ੀਲ ਰਿੰਕੂ ਨੂੰ ਵਾਈ ਪਲੱਸ ਸਿਕਿਉਰਿਟੀ ਮਿਲੀ ਹੈ। ਹਾਲ ਹੀ ਦੇ ਵਿੱਚ ਭਾਜਪਾ 'ਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਛੱਡ ਕੇ, ਉਸ ਤੋਂ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੀ, ਆਮ ਆਦਮੀ ਪਾਰਟੀ ਛੱਡ ਕੇ ਹੁਣ ਭਾਜਪਾ 'ਚ ਸ਼ਾਮਲ ਹੋ ਗਏ। ਅਤੇ ਗੱਲ ਕਰੀਏ ਸ਼ੀਤਲ ਉਂਗਰਾਲ ਦੀ, ਉਹ ਭਾਜਪਾ ਛੱਡ ਕੇ ਪਹਿਲਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ, ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਮੁੜ ਤੋਂ ਘਰ ਵਾਪਸੀ ਕਰਦੇ ਹੋਏ ਭਾਜਪਾ ਦਾ ਭੱਲਾ ਫੜ ਲਿਆ, ਜਿਸ ਤੋਂ ਬਾਅਦ ਦੋਹਾਂ ਦੀ ਸੁਰੱਖਿਆ ਘਟਾ ਦਿੱਤੀ ਗਈ ਅਤੇ ਹੁਣ ਕੇਂਦਰ ਦੇ ਵੱਲੋਂ ਦੋਹਾਂ ਨੂੰ ਸੁਰੱਖਿਆ ਦੇ ਦਿੱਤੀ ਗਈ ਹੈ।